ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਲਾਡਾ ਵੱਲੋਂ ਜੋ ਇਹ ਲੰਗਰ ਲਗਾਇਆ ਜਾ ਰਿਹਾ ਹੈ, ਸਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਕਾਰਨ ਜੋ ਵਿਪਤਾ ਪੰਜਾਬ 'ਚ ਆਈ ਹੋਈ ਹੈ ਉਹਦੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭ ਰਿਹਾ। ਸੋ ਕਈ ਲੋਕ ਘਰਾਂ 'ਚ ਭੁੱਖੇ ਮਰ ਰਹੇ ਹਨ, ਜਿਨ੍ਹਾਂ ਨੂੰ ਖਾਣ ਲਈ ਰੋਟੀ ਜਾਂ ਰਾਸ਼ਨ ਨਹੀਂ ਮਿਲ ਰਿਹਾ। ਅਸੀਂ ਵੀ ਪਤਾ ਹੈ ਕਿ ਘਰਾਂ ਤੋਂ ਬਾਹਰ ਘੱਟ ਨਿਕਲਣਾ ਹੈ, ਪਰ ਉਹਨਾਂ ਨੂੰ ਮਰਦੇ ਨਹੀਂ ਛੱਡ ਸਕਦੇ। ਸੋ ਅਸੀਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਗੁਰਦੁਆਰਾ ਸਿੰਘ ਸਭਾ ਨਵੀਨ, ਹੇਮਕੁੰਡ ਸੇਵਾ ਸੁਸਾਇਟੀ ਆਦਿ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਕਿ ਬਣਾ ਕੇ ਲੰਗਰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। 2-3 ਗੱਡੀਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ। ਬਹੁਤਾ ਇਕੱਠ ਨਹੀਂ ਅਸੀਂ ਕਰ ਰਹੇ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਤਾਂ ਜੋ ਉਹਨਾਂ ਨੂੰ ਜੋ ਰੋਜ਼ਾਨਾ ਦਾ ਖਾਣ ਦਾ ਰਾਸ਼ਨ ਮਿਲ ਸਕੇ। ਸੋ ਇਹ ਸਾਰਾ ਸਹਿਯੋਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਸੰਸਾਰ ਦੇ ਉੱਤੇ ਜੋ ਭਿਆਨਕ ਬਿਮਾਰੀ ਕਰੋਨਾ ਵਾਇਰਸ ਦੇ ਨਾਂ 'ਤੇ ਚੱਲ ਰਹੀ ਹੈ, ਇਹਨੇ ਸਾਰੇ ਮੁਲਕ ਨੂੰ ਪ੍ਰਭਾਵਿਤ ਕੀਤਾ ਹੋਇਆ, ਜਿਸ ਤਹਿਤ ਅਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੰਨਦੇ ਹੋਏ, ਪੰਜਾਬ ਸਰਕਾਰ ਕੇਂਦਰ ਗੌਰਮੈਂਟ ਦੀਆਂ ਹਦਾਇਤਾਂ ਮੰਨਦੇ ਲੋਕਡਾਊਨ ਹੈ ਪੂਰਾ। ਪਰ ਇਸ ਲੋਕਡਾਊਨ ਦੇ ਵਿੱਚ ਜੋ ਮੱਧ ਵਰਗੀ ਪਰਿਵਾਰ ਨੇ ਉਹ ਬਹੁਤ ਹੀ ਕੁਚਲੇ ਜਾ ਰਹੇ ਹਨ, ਜਿਨ੍ਹਾਂ ਦਾ ਕਿ ਰੋਜ਼ੀ ਰੋਟੀ ਦਾ ਸਾਧਨ ਨਹੀਂ। ਅਸੀਂ ਗੁਰਸਿੱਖ ਜਥੇਬੰਦੀਆਂ, ਮਾਤਾ ਗੁਜਰੀ ਭਲਾਈ ਕੇਂਦਰ, ਗੁਰਦੁਆਰਾ ਸਿੰਘ ਸਭਾ ਨਵੀਨ ਅਤੇ ਇੱਥੋਂ ਦੀਆਂ ਹੋਰ ਧਾਰਮਿਕ ਜਥੇਬੰਦੀਆਂ, ਹੇਮਕੁੰਡ ਸੇਵਾ ਸੁਸਾਇਟੀ, ਸਾਰੇ ਮੈਂਬਰ ਸਾਹਿਬਾਨ ਸੇਵਕ ਸਹਿਯੋਗ ਦੇ ਕੇ ਸਮੁੱਚੇ ਇਲਾਕੇ ਦੇ ਵਿੱਚ ਜਿੱਥੇ ਵੀ ਸਾਨੂੰ ਪ੍ਰਸ਼ਾਸਨ ਨਿਸ਼ਾਨਦੇਹੀ ਕਰਦਾ, ਅਸੀਂ ਉੱਥੇ ਸ਼ਾਮਾਂ ਨੂੰ ਆਪਣਾ ਦੁਪਹਿਰ ਵੇਲੇ ਅਤੇ ਸ਼ਾਮ ਨੂੰ ਵੀ ਕੋਸ਼ਿਸ਼ ਕਰਦੇ ਹਾਂ ਲੰਗਰ ਬਣਾਇਆ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਉਂਦੇ ਹਾਂ। ਬਹੁਤ ਸਾਰੀਆਂ ਸੰਸਥਾਵਾਂ, ਮੈਂ ਇੱਕ ਬੇਨਤੀ ਕਰਾਂਗਾ ਕਿ ਰਾਸ਼ਨ ਸੁੱਕਾਂ ਵੀ ਦੇ ਰਹੀਆਂ ਹਨ, ਬਹੁਤ ਚੰਗੀ ਗੱਲ ਹੈ, ਦੇਣਾ ਚਾਹੀਦਾ। ਪਰ ਅਸੀਂ ਕਈ ਜਾਵਾਂ ਜਗ੍ਹਾ 'ਤੇ ਜਾ ਕੇ ਦੇਖਿਆ ਵੀ ਉਸ ਦਾ ਮਿਸਯੂਜ ਹੋ ਰਿਹਾ, ਜਿਹੜੇ ਨਸ਼ੇੜੀ ਵਤੇੜੀ ਬੰਦੇ ਨੇ ਉਹ ਘੱਟ ਰੇਟ ਦੇ 'ਚ ਉਹ ਰਾਸ਼ਨ ਅੱਗੇ ਵੇਚ ਦਿੰਦੇ ਆ ਅਤੇ ਆਪਦਾ ਸ਼ਾਮ ਨੂੰ ਜੁਗਾੜ ਕਰ ਲੈਂਦੇ ਆ। ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਾਂਗਾ ਕਿ ਦੇਖ ਰੇਖ ਕਰਕੇ ਹੀ ਸੇਵਾ ਕਰੋ, ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਭਾਈ ਹੈ ਦਾਨ, ਅਕਲੀ ਕੀਜਾ ਦਾਨ ਦੇ ਮਹਾਂਵਾਕ ਅਨੁਸਾਰ ਆਪਣਾ ਕੰਮ ਕਰਦਾ ਸਿਸਟਮ। ਆਪਾਂ ਦੇਖ ਕੇ ਵੀ ਜਿੱਥੇ ਬਿਲਕੁਲ ਲੋੜਵੰਦ ਨੇ, ਅਸੀਂ ਜਿੱਥੋਂ ਜਿਹੜੇ ਪਰਿਵਾਰਾਂ ਕੋਲ ਗਏ ਹਾਂ, ਅਸੀਂ ਵੇਖਿਆ ਵੀ ਉਹਨਾਂ ਨੇ 3-3, 4-4 ਦਿਨਾਂ ਤੋਂ ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਸੀ। ਅਸੀਂ ਬਿਠਾ ਕੇ ਉਹਨਾਂ ਦੇ ਘਰਾਂ ਘਰਾਂ ਦੇ ਵਿੱਚ ਸਾਰੇ ਸੇਵਾਦਾਰ ਜਾ ਕੇ ਦੇ ਕੇ ਆਉਂਦੇ ਨੇ, ਅਤੇ ਇਹ ਸੱਚੀ ਸਾਡੀ ਸਮੁੱਚੀ ਸੇਵਾ ਕਈ ਦਿਨ ਜਿੰਨਾ ਦਿਨ ਲੋਕਡਾਊਨ ਹੈ ਜਾਰੀ ਰਹੂਗੀ। ਅਸੀਂ ਪ੍ਰਸ਼ਾਸਨ ਤੋਂ ਵੀ ਸਹਿਯੋਗ ਦੀ ਮੰਗ ਕਰਦੇ ਹਾਂ ਵੀ ਸਾਡੇ ਵਲੰਟੀਅਰਸ ਨੂੰ ਪਾਸ ਵਗੈਰਾ ਜੋ ਵੀ ਦਿੱਤੇ ਜਾਣ। ਸਾਨੂੰ ਦਿੱਕਤਾਂ ਆਉਂਦੀਆਂ ਨੇ ਥੋੜ੍ਹੀਆਂ ਜਿਹੀਆਂ ਵੀ ਪ੍ਰਸ਼ਾਦੇ ਬਣਾਉਣ ਵੇਲੇ ਸਾਨੂੰ ਮਾਈਆਂ ਦੀ ਲੋੜ ਹੁੰਦੀ ਹੈ ਜਾਂ ਹੋਰ, ਅਸੀਂ ਘਰਾਂ ਘਰਾਂ 'ਚ ਵੱਖ ਵੱਖ ਥਾਵਾਂ 'ਤੇ ਸਾਰਾ ਪ੍ਰਬੰਧ ਕਰਵਾਈਦਾ, ਫਿਰ ਵੀ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ। ਅਸੀਂ ਹੋਰ ਸਹਿਯੋਗ ਦੀ ਆਸ ਕਰਦੇ ਹਾਂ, ਪਬਲਿਕ ਤੋਂ ਵੀ ਅਸੀਂ ਸਹਿਯੋਗ ਦੀ ਮੰਗ ਕਰਦੇ ਹਾਂ ਵੀ ਜਿਹੜੀਆਂ ਸੰਗਤਾਂ ਨੇ ਆਪਣਾ ਦਾਨ ਸਫਲਾ ਕਰਨਾ ਹੋਵੇ ਉਹ ਸਾਡੇ ਨਾਲ ਸੰਪਰਕ ਕਰਕੇ, ਸਾਡੇ ਅਕਾਊਂਟ ਨੰਬਰ ਸਾਡੀ ਵੈਬਸਾਈਟ 'ਤੇ ਪਏ ਨੇ, ਉੱਥੇ ਸਾਡੇ ਇਸ ਜੱਗ ਦੇ ਵਿੱਚ ਹਿੱਸਾ ਵੀ ਪਾ ਸਕਦਾ। ਇੰਨਾ ਹੀ ਕਹਿੰਦੇ ਖਿਮਾ ਦੇ ਜਾ ਚੁੱਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।